ਨੱਬੇ ਸਾਲ ਮੇਰੀ ਹੋ ਗਈ ਹੈ ਅਤੇ ਆਪਣਾ ਪੂਰਾ 25 ਸਾਲ ਦਾ ਹੈਗਾ ਗਾ ਪੈਸੇ ਬਚਾਉਣ ਲੱਗਾ। ਆਰਾਮੀ ਲੱਗੇ ਪੈਸਾ ਵੀ ਨਾ ਲੱਗੇ ਚਾਦਰ ਕੈਂਟ ਲਾ ਕੇ ਪੁਰਾਣਾ ਜਿਵੇਂ ਸੁਣਦਾ ਨਾ ਮੈਂ ਘੱਟਦਾ ਹਾਂ ਪੁਰਾਣਾ ਰੇਸ਼ਮੀ ਸਵਾਲ ਕੁੱਟਦਾ ਚੱਲਦੀ ਦਾ ਚਾਨ ਫਿਰ ਸੰਪ ਮੇਲੇ ਦੀ ਟਕਰਾ ਵੀ ਜਾਂਦਾ। ਠੀਕ ਹੈ, ਕੋਈ ਕਮਾਈ ਵੀ ਹੁੰਦੀ ਹੈ? ਕਮਾਈ ਘਰ ਦੇ ਡੇਗ ਲੈ ਲਵੇ ਲੋਕੀ ਦਿੰਦੇ ਹੋਣੇ ਕਮਾਈ? ਨਹੀਂ ਮਿਲਦੇ ਮਿਲ ਜਾਂਦੇ ਹੁਣ ਤਾਂ ਤੈਨੂੰ ਮੈਂ ਸੁਣਾਉਣਾ ਵੀ ਗੁੱਡੀਆਂ ਮਾਰ ਗਈ ਪਟਾਉਣਾ ਮਾਰ ਗਿਆ ਹੁਣ ਆਪਾਂ ਦੁਸਹਿਰੇ ਵਾਲੇ ਦਿਨ ਘਰ ਦਿਨ ਟਾਇਆ ਪਿਆ ਗਿਆ ਅਤੇ ਅੱਗੇ ਦਿਹਾੜੀ ਕੱਢ ਰਿਹਾ ਸਾਰਾ ਸ਼ਹਿਰ 4:30 ਵੀ ਦਿਹਾੜੀ ਲੱਗਾ ਰਿਹਾ ਤਿੰਨ ਮੁੰਡੇ ਵਿਆਹ ਦੇ ਗੁੱਡੀ ਵਿਆਹ ਸੀ ਵੇਲ ਮੁੜ ਕਿਹੜਾ ਘਰ 'ਚ ਦੁੱਖ ਪੈ ਜਾਵੇ ਕਿਸੇ ਬੱਸ ਫੜਾ ਹੁਣ ਗੁੱਡੀ ਆਪਣੀ ਮਾਰ ਗਈ ਪੜਾਉਣੀ ਮਾਰ ਗਿਆ ਉਹਨੇ ਸੱਸ ਹੀ ਮਾਰ ਗਈ ਦੋ ਰਾਤ ਬੂਹ ਤੇ ਲਾਉਂਦੇ ਹੋਣੇ ਅਤੇ ਵੱਡਾ ਮੁੰਡਾ ਰੋਟੀ ਖਵਾਉਂਦਾ ਪਿਆ। ਮਗਰ ਬੜਾ ਫਜਦੇ ਨਾਲ ਮਨ ਸਨ ਸਾਡੋ ਕਹਿੰਦਾ ਦਿਨ ਮੁੰਡਾ ਪੈਸੇ ਪਿੱਛੇ ਵੱਧ ਨਹੀਂ ਆਉਂਦਾ ਸਾਹ ਚੜ ਜਾਂਦਾ ਮੈਂ ਹੋਰ ਆਂਦਾ ਸਾਡਾ ਵੱਜਦੀ ਨਹੀਂ ਬੜਾ ਜ਼ੋਰ ਲੱਗੇ ਮੈਂ ਸਾਰੇ ਸੜ ਜਾਂਦੇ ਨੇ ਦੋ ਦੋ ਮਹੀਨੇ ਵਜਾ ਲਾਉਣ ਬਾਬਾ ਅਸੀਂ ਹੱਥ ਜੋੜਦੇ ਨੇ ਆਹ ਜਿਹੜੇ ਜੋੜੀ ਵਜਾਉਂਦੇ ਨਹੀਂ ਸਵਾਰੀ ਹੋ ਰਹੀ ਜੋੜੀ ਵਜਾਉਂਦੇ ਨੇ ਉਹਨਾਂ ਹੱਥ ਜੋੜ ਲੈ ਬਾਬਾ ਬੜੀ ਚੀਜ਼ ਬੜੀ ਔਖੀ ਮੇਰੇ ਨਾਲ ਚੱਲ ਜਾਏ ਤਾਂ ਦੇਖਦੇ 90 ਸਾਲ ਉਮਰ ਕੀ ਪਤਾ 10 ਸਾਲ ਨੇ 5 ਸਾਲ ਨੇ ਉਹ ਆ ਪਤਾ ਉਹ ਆਂਦੇ ਬਾਬਾ ਮਰੀ ਨਾ ਜਦੋਂ ਆਈ ਕਿਤੇ ਬਾਅਦ ਥੋੜ੍ਹੀ ਗਈ ਨੱਬੇ ਸਾਲ ਮੇਰੀ ਹੋ ਗਈ ਹੈ ਅਤੇ ਆਪਣਾ ਪੂਰਾ 25 ਸਾਲ ਦਾ ਹੈਗਾ ਗਾ ਪੈਸੇ ਬਚਾਉਣ ਲੱਗਾ ਜਿਹੜਾ ਗਾਣਾ ਵਾਸਤਾ ਹੀ ਰਾਬਰ ਦਾ ਡਾਇਮ ਕਪੋਤਲਾ ਅੱਖਿਆ ਆਰਾਮੀ ਨਾ ਫੇਰ ਪੈਸਾ ਵੀ ਨਾ ਲੱਗੇ ਚਾਦਰ ਕੈਂਟ ਲਾ ਕੇ ਪੁਰਾਣਾ ਜਿਹੜਾ ਜਿਵੇਂ ਸੁਣਦਾ ਨਾ ਮੈਂ ਘੱਟਦਾ ਹਾਂ ਬਾਲਮ ਵਾਈਆ ਦੇ ਹੀਰ ਪੁਰਾਣਾ ਰੇਸ਼ਮੀ ਸਵਾਲ ਕੁੱਟਦਾ ਚੱਲਦੀ ਦਾ ਚਾਨ ਵੇਖ ਸੌਂਪ ਮੇਲੇ ਦੀ ਟਕਰਾ ਵੀ ਜਾਂਦਾ। ਠੀਕ ਹੈ, ਕੋਈ ਕਮਾਈ ਵੀ ਹੁੰਦੀ ਹੈ? ਕਮਾਈ ਘਰ ਦੇ ਡੇਗ ਲੈ ਲਵੇ ਨਹੀਂ ਮਿਲਦੇ ਮਿਲ ਜਾਂਦੇ ਹੁਣ ਤਾਂ ਤੈਨੂੰ ਮੈਂ ਸੁਣਾਉਣਾ ਵੀ ਗੁੱਡੀਆਂ ਮਾਰ ਗਈ ਪਟਾਉਣਾ ਮਾਰ ਗਿਆ ਹੁਣ ਆਪਾਂ ਦੁਸਹਿਰੇ ਵਾਲੇ ਦਿਨ ਘਰ ਦਿਨ ਟਾਇਆ ਪਿਆ ਗਿਆ ਅਤੇ ਅੱਗੇ ਦਿਹਾੜੀ ਕੱਢ ਰਿਹਾ ਸਾਰਾ ਸ਼ਹਿਰ 4:30 ਵੀ ਦਿਹਾੜੀ ਲੱਗਾ ਰਿਹਾ ਤਿੰਨ ਮੁੰਡੇ ਵਿਆਹ ਦੇ ਗੁੱਡੀ ਵਿਆਹ ਦੀ ਵੇਲ ਮੁੜ ਕਿਹੜਾ ਘਰ 'ਚ ਦੁੱਖ ਪੈ ਜਾਵੇ ਕਿਸੇ ਬੱਸ ਫੜਾ ਹੁਣ ਗੁੱਡੀ ਆਪਣੀ ਮਾਰ ਗਈ ਪੜਾਉਣੀ ਮਾਰ ਗਿਆ ਉਹਨੇ ਸੱਸ ਹੀ ਮਾਰ ਗਈ ਦੋ ਰਾਤ ਬੂਹ ਤੇ ਲਾਉਂਦੇ ਹੋਣੇ ਅਤੇ ਵੱਡਾ ਮੁੰਡਾ ਰੋਟੀ ਖਵਾਉਂਦਾ ਪਿਆ। ਆਖੀ ਲੱਗੀ ਬੰਦਾ ਕੋਈ ਮੇਰੇ ਮਗਰ ਬੜੇ ਫਜਦੇ ਨਾਲ ਮਨ ਸਨ ਘੱਟੋ ਕਹਿੰਦਾ ਦਿਨ ਮੁੰਡਾ ਪੈਸੇ ਪਿੱਛੇ ਵੱਧ ਨਹੀਂ ਆਉਂਦਾ ਸਾਹ ਚੜ ਜਾਂਦਾ ਮੈਂ ਹੋਰ ਆਂਦਾ ਸਰ ਵੱਜਦੀ ਨਹੀਂ
ਬੜਾ ਜ਼ੋਰ ਲੱਗੇ ਮੈਂ ਸਾਰੇ ਛੱਡ ਜਾਂਦੇ ਨੇ ਦੋ ਦੋ ਮਹੀਨੇ ਵਾਲਾ ਬਾਬਾ ਅਸੀਂ ਹੱਥ ਜੋੜਦੇ ਨੇ ਆ ਜਦ ਜੋੜੀ ਵਜਾਉਂਦੇ ਨਹੀਂ ਸਵਾਰੀ ਦੇ ਜੋੜੀ ਵਜਾਉਂਦੇ ਨੇ ਉਹਨਾਂ ਹੱਥ ਜੋੜ ਲੈ ਬਾਬਾ ਬੜੀ ਚੀਜ਼ ਬੜੀ ਔਖੀ ਮਦਾਰੀ ਇੱਕ ਵਜਾਉਂਦਾ ਵੀ ਮਦਾਰੀ ਆ ਸਰ ਪਿੰਡ ਉਹਨਾਂ ਨਾਲ ਗਾਣਾ ਸੁਣਾਉਂਦਾ ਗਾਣਾ ਦਿੱਤਾ ਸੀ ਨਿਕਲਦੀ ਨਹੀਂ ਮੈਨੂੰ ਵੱਲ ਤਾਂ ਲਿਆਉਂਦੇ ਨੇ ਉਹਨੇ ਮੈਨੂੰ 500 ਰੁਪਈਏ ਦਿੱਤਾ ਮਦਾਰੀ ਨਾਲ ਬਾਬਾ ਤੇ ਤੇਰੇ ਕੋਲ ਗੁਣ ਹੈਗਾ ਅਤੇ ਪੜ੍ਹਾ ਲਿਖਾ ਨਾ ਪਾ ਦੇਗਾ ਮੈਂ ਪੜ੍ਹਾ ਲਿਖ ਲਿਖ ਜਿਵੇਂ ਬੰਦੇ ਲੱਗਣ ਲੱਗ ਜਾਂਦਾ ਸ਼ੌਂਕ ਸੀ ਬਾਲੋ ਮੈਂ ਲੱਖੇ ਕੜਾਈ ਮੇਰੀ ਵੀਡੀਓ ਬਣ ਗਈ ਲੱਖੇ ਕੜਾਈਆਂ ਸੱਤ ਢੋਲ ਵੱਜ ਲਓ ਉੱਥੇ ਵਜੇ ਅਸੀਂ ਵਜਾਉਂਦੇ ਹਾਂ ਉਹ ਮੈਨੂੰ ਬੰਦੇ 10 ਲੱਖ ਵਜੇ ਵਜਾਤੇ ਵੀਡੀਓ ਆਈ ਪਈ ਇਹ ਸ਼ੌਂਕ ਹੈਗਾ ਮੇਰੇ ਨਾਲ ਚਲੀ ਜਾਏ 90 ਸਾਲ ਉਮਰ ਕੀ ਪਤਾ 10 ਸਾਲ ਨੇ 5 ਸਾਲ ਨੇ ਉਹ ਆਪਾਂ ਤਾਂ ਉਹ ਆਂਦੇ ਬਾਬਾ ਮਰੀ ਨਾ ਜਦੋਂ ਆਈ ਕਿਤੇ ਵੱਧ ਥੋੜ੍ਹੀ ਗਈ ਕਿਤੇ ਮੇਰੇ ਨਾਲ ਜਾਂਦੇ ਨਾ ਸਾਰਾ ਬਾਰਡਰ ਮੇਜਰ ਲੈ ਕੇ ਡੋਡਾ ਫੱਟੂ ਵਾਲਾ ਠੰਡੀਆਂ ਸੁਨੋਖਾ ਆਪਣਾ ਡੋਡੇ ਦਾ ਫੱਟੂ ਵਾਲਾ ਗਵਾਇਆ ਲੱਖੇ ਕੜਾਈਆਂ ਵੱਡਾ ਲੱਦ ਕੇ ਖੁੰਡ ਵਾਲਾ ਆਈਦਿਆਂ ਮੋਹਣ ਕਿਆ ਉੱਥੇ ਮੈਨੂੰ ਨਾ ਸਟੇਰ ਚੜ੍ਹ ਗਿਆ ਅਤੇ ਬੇਟੇ ਵੀ ਛੱਟਾ ਦਿਆਂ ਉਹ ਕਹਿਣਾ ਕਹਿਣਾ ਕਿ ਇੱਕ ਹੀ ਕਰਨਾ ਬੈਂਸ ਆ ਕੇ ਮੈਂ ਬੈਂਸ ਵਜਾਈ ਨਾ ਉਹਨੇ 1000 ਰੁਪਏ ਦਿੱਤਾ ਆਉਂਦਾ ਐਡਾ ਕਹਿਣਾ ਕਹਿਣਾ ਸਾਡੇ ਕੋਲ ਆਉਂਦੇ ਨੇ ਕੋਈ ਕਾਣ ਹੀ ਨਹੀਂ ਕੱਢ ਸਕਦੇ ਨਾ ਕਚੋੜੀ ਕੱਢ ਸਕਦੇ ਅਸੀਂ ਤਾਂ ਗਾਣੇ ਕੋਈ ਕੱਢ ਲੈਣੀ ਅਤੇ ਮੈਂ ਪੜ੍ਹਨ ਲਿਖਿਆ ਅੰਦਰ ਭਾ ਦੇਗਾ ਐਵੇਂ ਸ਼ੌਂਕ ਹੈਗਾ ਸੀ ਮਾਲ ਚਾੜਦੇ ਸਮਾਲ ਦੇ ਮਗਰ ਕੋਈ ਮਦਦ ਮਿਲੀ ਸਰਕਾਰ ਵੱਲੋਂ ਕਦੇ ਕਿਸੇ ਪਿੰਡ ਦੇ ਨੁਮਾਇੰਦੇ ਵੱਲੋਂ ਸਰਕਾਰੀ ਕੋਈ ਕਿਸੇ ਕੋਈ ਨਹੀਂ ਪੁੱਛਦਾ ਨਾ ਟਾਈਮ ਪਾਸ ਕਿਤੇ ਮੇਲਾ ਮੁਲਾ ਜਾਵੇ ਜਾਂਦੇ ਰਹੇ ਖਰਚਾ ਬਣੀ ਵਧੀਆ ਕਲਾ ਤੁਹਾਡੇ ਕੋਲੇ ਦੁੱਖ ਹੁੰਦਾ ਵੀ ਇਹਦੀ ਕੀਮਤ ਨਹੀਂ ਪਊਗੀ ਆ ਕਿਵੇਂ ਦਿਖਾਉਣੀ ਪੈਂਦੀ ਬਸ ਕੀਮਤ ਨਹੀਂ ਪੈਂਦੀ ਨਾ ਆਉਣ ਤੱਕ ਪੱਖੀ ਗਿਆ ਮੇਲਾ ਸਵਾਉਣ ਲੱਗਾ ਹਾਂ ਕੋਟ ਮੈਂ ਕੌਡੀ ਖੇਡ ਪਿਆ ਮੈਂ ਸਿਰ ਜਾ ਖੜਾ ਹੋਣਾ ਲਾਉਣ ਦਿੰਦਾ ਪਿਆ ਕੌਡੀ ਖਿਡਾਉਂਦੇ ਨੇ ਉਹਨਾਂ ਬਾਬ ਦੇ ਪਾ ਨਿਕਲਣਾ ਮੇਰੀ ਵੰਝਲੀ ਮੈਂ ਤਾਂ ਹੋ ਗਈ ਕਰਵਾਉਣ ਇੱਕ ਪਰਦੇ ਸੀ ਮੇਰਾ ਦਿਲ ਲੱਗ ਗਿਆ ਦੋ ਗਾਣੇ ਕੱਢੇ ਨੇ ਗੇੜਾ ਪਾਉਣ ਬਾਬਾ ਤੇਰੇ ਹਰ ਕਰ ਲੈਣ 700 ਰੁਪਈਆ ਹੋ ਗਿਆ ਸੀ ਅੱਛਾ ਸਾਈਕਲ ਜਲਾ ਲਓ ਰੱਖੇ ਗਿਆ ਨਾ ਸਾਈਕਲ ਤਾਂ ਮੈਂ ਤੈਨੂੰ ਪਤਾ ਇਹਨਾਂ ਬੰਦਾ ਨਹੀਂ ਜਾਣ ਨਾ ਇੱਥੇ 20 ਰੁਪਏ ਦਾ 60 ਫਾੜਾ ਲੱਗਿਆ ਸ਼ਾਮੀ ਘਰੇ ਆ ਗਿਆ ਉਹ ਤਾਂ ਕਲਾ ਕਲਾ ਨਾ ਦੂਜੇ ਨੇ ਕਲਾ ਕਲਾ ਦੋ ਇੱਕ ਤਾਂ 4 ਲੱਖ ਮੁੱਕਿਆ ਇੱਕ ਤਾਂ 1 ਲੱਖ ਉਹਨਾਂ ਦੋ ਕਲਾ ਮੈਂ ਕਹਾਂ ਗੰਨਾ ਲੈ ਮਾਮਾ ਕੀ ਲੈਣਾ ਪਿੱਛੇ ਡੱਕਣਾ ਟਾਵਾਂ ਚਲੋ ਆਪਾਂ ਕਿਹੜਾ ਲੈ ਮੁੜ ਉਹ 5 ਲੱਖ 'ਚ ਦੋ ਕਲਾਕਾਰ ਆਏ ਸੀ ਤੁਹਾਨੂੰ 700 ਬਣਿਆ ਉਹ ਤਾਂ ਕੌਡੀ ਖਿਡੀਂਦੀ ਇੱਕ ਤਾਂ ਕੌਡੀ ਖਿਡੀਂਦੀ ਦੂਜੇ ਦਾ ਕਲਾਕਾਰ ਸੀ ਮੈਂ ਦੂਜੇ ਤਾਂ ਗਿਆ ਸਾਂ ਅਤੇ ਠੰਡ ਠੁੰਡਾ ਮੇਲੇ ਖਾਂਡੇ ਜਾ ਰਹੇ ਟਾਈਮ ਨਿਕਲਿਆ ਵੀ ਮੇਲੇ ਤੇ ਹੁਣ ਵੀ 2 ਅੱਖਾਂ ਦੇ ਲੈਂਚ ਪਾਏ ਨੇ ਹੁਣ ਅੱਗੇ ਦਿਹਾੜੀ ਕੱਢਦੇ ਨੇ ਛੱਡ ਗਿਆ ਹੁਣ ਦਿਹਾੜੀ ਪੈਂਦਾ ਨਹੀਂ ਕਹਿੰਦਾ ਆ ਜਾ ਕਰਨ ਲੱਗਦਾ ਠੀਕ ਹੈ ਨਾ ਮੇਲੇ ਮੇਲੇ ਖਰਚਾ ਬਣ ਜਾਂਦਾ ਮੁੰਡਾ ਆਉਂਦਾ ਨਾ ਬਾਬਾ ਜਾ ਮੈਂ ਕਿਹਾ ਕਰ ਲੈ ਮੇਰੀ ਰੋਟੀ ਇਹਦੇ ਜਗੀ ਮੈਂ ਕਿਹਾ 7 ਜੀ ਅਸੀਂ ਖਾਵਣ ਵਾਲੇ 4 ਜੀ ਉਹ ਆਪ ਨੇ ਅਤੇ 3 ਮੇਰਾ ਦੋ ਤਿੰਨ ਅਸੀਂ ਹੋ ਗਏ ਹਾਂਜੀ ਤੂੰ ਮੈਂ ਤੈਨੂੰ ਪਤਾ ਵੀ ਉਹਦੇ ਕੀ 7 ਜੀ ਇਹਨਾਂ ਨੂੰ 9 ਰੋਟੀਆਂ ਪਕਾ ਕੇ ਦਿੰਦੀ ਕੀ ਬਣਦਾ ਹਾਂ ਉਹ ਤਾਂ ਬਾਬਾ ਨਾ ਲੋਕ ਆਖਿਆ ਤੇਰਾ ਬੁੱਢਾ ਪੈਸੇ ਵੀ ਜਾਂਦਾ ਮੈਂ ਕੱਢਿਆ ਮੈਨੂੰ ਖਰਚਾ ਬਣ ਜਾਂਦਾ ਮੈਂ ਘਰੇ ਕੀ ਕਰਾਂ ਪੈਸੇ ਅਜੇ ਤਾਂ 8 ਪੈਰ ਚੜ੍ਹ ਜਿਹੜੇ ਮੰਜਿਲ ਬਹਿ ਜਾਂਦੇ ਨਾ ਉਹ ਬਿਮਾਰ ਹੀ ਹੋ ਜਾਂਦਾ ਮੈਂ ਸਾਈਕਲਾਂ ਜਾਂਦਾ 5 ਕੇ ਸਾਈਕਲ ਜਾਂਦਾ 5 ਕੇ ਤਾਂ ਜਿਵੇਂ ਦਾ ਕੋਲ ਮੇਲਾ ਲੱਗਦਾ ਸ਼ਰਾਬਾਂ ਵਾਲਾ ਉਹ ਤਾਂ 2 ਦਿਨ ਰਿਹਾ ਸਾਂ ਭਾਈ ਆਖਿਰ ਤੂੰ ਜਾ ਨਾ ਲੰਗਰ ਪਾਣੀ ਮਿਲਦਾ ਪੈਸੇ ਬਾਲੇ ਵਜਾ ਦਿੱਤੀ ਇੱਕ ਦਿਨ 7.5 ਸੌ ਟਕਰਾਇਆ ਦੂਜੇ 7 ਦਿਨ 2 ਦਿਨ ਰਿਹਾ 1500 ਰੁਪਈਆ ਹੋ ਗਿਆ ਸੀ ਚੰਗਾ ਚਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਹ ਲਾਲ ਬਟਨ